ਅਵਾਜੀ ਗਾਉਂ ਟੀਵੀ ਦੇਖ ਰਹੇ ਤੁਸੀਂ ਮੈਂ ਸਨੀਵਾਨ ਸਾਹ ਦਾ ਸਵਾਗਤ ਕਰਦਾ ਜਿਵੇਂ ਕਿ ਸਾਨੂੰ ਪਤਾ ਹੀ 1 ਅਪ੍ਰੈਲ ਤੋਂ ਪੰਜਾਬ ਸਰਕਾਰ ਦੇ ਵੱਲੋਂ ਬੱਸਾਂ ਦੇ ਵਿੱਚ ਮਹਿਲਾਵਾਂ ਦਾ ਕਿਰਾਇਆ ਜਿਹੜਾ ਬਿਲਕੁਲ ਫ੍ਰੀ ਕਰ ਦਿੱਤਾ ਗਿਆ ਉਸ ਨੂੰ ਲੈ ਕੇ ਮਹਿਲਾਵਾਂ ਦਾ ਕੀ ਪ੍ਰਤੀਕਰਮ ਹੈ ਆਓ ਅਸੀਂ ਅੱਜ ਜਾਣਦੇ ਹਾਂ ਰੀਟਾ ਕਿੱਥੋਂ ਦੇ ਜਾਣਾ ਅਸੀਂ ਕਾਡੀਆਂ ਦੇ ਲਾਗੇ ਪਿੰਡ ਡੱਲਾ ਜਿਹੜਾ ਰੋਡਵੇ ਬੱਸ ਦਾ ਕੈਪਟਨ ਸਰਕਾਰ ਵੱਲੋਂ ਲੇਡੀਜ਼ ਹੋਸਟਲ ਫ੍ਰੀ ਲਾ ਦਿੱਤਾ ਗਿਆ ਕਿੱਦਾਂ ਦਾ ਤੁਹਾਨੂੰ ਫੈਸਲਾ ਬੇਟਾ ਬਹੁਤ ਵਧੀਆ ਲੱਗਿਆ ਕਈ ਵਾਰ ਤਾਂ ਕਿਰਾਏ ਹੁਣ ਨਹੀਂ ਕੋਈ ਆ ਸਕਦਾ ਉਧਰੋਂ ਦਵਾਈਆਂ ਦੇ ਪੈਸੇ ਉਧਰੋਂ ਕਿਰਾਇਆਂ ਦੇ ਪੈਸੇ ਤੇ ਬਹੁਤ ਵਧੀਆ ਲੱਗਾ ਹਾਂਜੀ ਕਾਂਗਰਸ ਹਾਂਜੀ ਹੁਣ ਫ੍ਰੀ ਜਾਣ ਡੇ ਆਏ ਵੀ ਫ੍ਰੀ ਸੀ ਆਧਾਰ ਕਾਰਡ ਹਾਂਜੀ 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 ਮੈਮ ਕੀ ਨਾਮ ਹੈ ਮੇਰਾ ਨਾਮ ਅਭਨੀਤ ਕਿੱਥੇ ਜਾ ਰਹੇ ਹੋ ਹੁਸ਼ਿਆਰਪੁਰ ਅੱਜ ਤੋਂ ਪੰਜਾਬ ਸਰਕਾਰ ਨੇ ਮਹਿਲਾਵਾਂ ਵਾਸਤੇ ਫ੍ਰੀ ਬੱਸ 'ਚ ਸਫ਼ਰ ਕਰਤਾ ਹੈ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਤੁਹਾਨੂੰ ਪਤਾ ਕਿ ਅੱਜ ਟਿਕਟ ਨਹੀਂ ਲੱਗਣੀ ਨਹੀਂ ਹੁਣ ਇੱਥੇ ਆ ਕੇ ਪਤਾ ਲੱਗਿਆ ਹਾਂ ਅਤੇ ਮਤਲਬ ਇਸੇ ਕਰਕੇ ਮੈਂ ਆਪਣੀ ਕੁੜੀ ਨੂੰ ਘਰੋਂ ਬੁਲਵਾਇਆ ਅਸੀਂ ਚਲੇ ਜਵਾਲਾ ਜੀ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਬਹੁਤ ਵਧੀਆ ਕਿੱਦਾਂ ਬਹੁਤ ਵਧੀਆ ਕੰਮ ਕੀਤਾ ਧੰਨਵਾਦ ਉਹਨਾਂ ਦਾ ਬਹੁਤ ਬਹੁਤ ਕੀ ਨਾਮ ਹੈ ਸਤਨਾਮ ਕੌਰ ਤੁਸੀਂ ਕਿੱਥੋਂ ਦੇ ਕਿੱਥੇ ਜਾ ਰਹੇ ਹੋ ਆਪਾਂ ਰਾਜਪੁਰੇ ਦੇ ਆ ਔਰ ਆਪਾਂ ਅੰਮ੍ਰਿਤਸਰ ਆਏ ਸੀ ਅਤੇ ਅੱਜ ਤੋਂ ਮਹਿਲਾਵਾਂ ਵਾਸਤੇ ਪੰਜਾਬ ਦੇ ਵਿੱਚ ਫ੍ਰੀ ਸਫ਼ਰ ਹੈ ਬਹੁਤ ਵਧੀਆ ਗੱਲ ਹੈ ਤਾਂ ਹੈ ਨਾ ਕਹਿ ਲਓ ਕਿ ਵੀ ਇੱਕ ਬਹੁਤ ਵੱਡਾ ਸਟੈਪ ਹੈ ਸਰਕਾਰ ਦਾ ਕਿ ਵੀ ਲੇਡੀਜ਼ ਲਈ ਉਹਨਾਂ ਨੇ ਫ੍ਰੀ ਬੱਸ ਸੇਵਾ ਕਰ ਦਿੱਤੀ ਹੈ ਬਹੁਤ ਵਧੀਆ ਗੱਲ ਹੈ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਸਰਕਾਰ ਇੰਨਾ ਸੋਚ ਰਹੀ ਖਾਸ ਕਰਕੇ ਲੇਡੀਜ਼ ਵਾਸਤੇ ਤੁਹਾਡੀ ਹਰਿਆਣਾ ਸਰਕਾਰ ਨੇ ਨਹੀਂ ਸੋਚਿਆ ਕੀ ਕਹਿਣਾ ਚਾਹੋਗੇ ਦੇਖੋ ਇੰਨਾ ਤਾਂ ਮੈਂ ਪੈਂਦੀ ਨਹੀਂ ਹੈਗੀ ਪੰਗਿਆਂ ਦੇ ਵਿੱਚ ਬਾਕੀ ਕੋਈ ਨਾ ਦੇਖਦੇ ਆ ਬਾਕੀ ਪੰਜਾਬ ਦਾ ਤਾਂ ਮਾਹੌਲ ਵੈਸੇ ਬਹੁਤ ਵਧੀਆ ਲੱਗਦਾ ਮੈਨੂੰ ਬਹੁਤ ਵਧੀਆ ਲੱਗਦਾ ਪੰਜਾਬ ਦੇ ਵਿੱਚ ਆਉਣਾ ਤਾਂ ਬਹੁਤ ਵਧੀਆ ਜਿਵੇਂ ਵੀ ਪੰਜਾਬ ਦਾ ਕਲਚਰ ਕੀਤਾ ਬਹੁਤ ਵਧੀਆ ਦੇਖੋ ਅੱਜ ਅੱਜ ਪਤਾ ਨਹੀਂ ਹੈਗਾ ਅਤੇ ਹੁਣ ਆਪਾਂ ਪਤਾ ਕਰਕੇ ਦੱਸਾਂਗੇ ਟਿਕਟ ਲੱਗਦੀ ਹੈ ਕਿ ਨਹੀਂ ਲੱਗਦੀ ਹੈਗੀ ਸਾਡੀ ਉਹ ਤਾਂ ਹੁਣ ਬਾਅਦ ਦੀ ਗੱਲ ਹੈ ਕਿਉਂਕਿ ਅੱਜ ਸਾਨੂੰ ਟਾਈਮ ਲੱਗਾ ਬਹੁਤ ਵਧੀਆ ਕੀਤਾ ਬਹੁਤ ਹੀ ਜ਼ਿਆਦਾ ਵਧੀਆ ਪਰ ਬਾਬੇ ਕਿੰਜਰਾਂ ਬਾਰੇ ਕਿੰਨੇ ਸੋਚਣਾ ਵਾ ਸਰਕਾਰ ਨੂੰ ਸੋਚਣਾ ਬਾਬੇ ਕਿੰਜਰਾਂ ਬਾਰੇ ਵੀ ਸੋਚਣਾ ਚਾਹੀਦਾ ਵਾ ਕਿੰਜਰ ਬੇਚਾਰੇ ਕਿੱਥੇ ਚਲੇ ਜਾਣ ਉਹਨਾਂ ਦੇ ਵੀ ਕੋਈ ਰੁਜ਼ਗਾਰ ਕੋਈ ਪੈਨਸ਼ਨ ਲਗਾਉਣੀ ਚਾਹੀਦੀ ਹੈ ਕੋਈ ਮਹੀਨੇ ਬਾਅਦ ਉਹਨਾਂ ਨੂੰ ਕੋਈ ਰੁਜ਼ਗਾਰ ਦੇਣਾ ਚਾਹੀਦਾ ਕੋਈ ਪੈਸਾ ਥੇਲਾ ਦੇਣਾ ਚਾਹੀਦਾ ਸਰਕਾਰ ਨੂੰ ਸਾਡੇ ਕਿਹੜਾ ਕੋਈ ਮਾਂ ਕੋਈ ਭੈਣ ਕੋਈ ਪਿਓ ਕਮਾਉਣ ਵਾਸਤੇ ਬੈਠਾ ਵਾ ਮਾੜੀ ਚੰਗੀ ਹਾਲਤ ਵਿੱਚ ਸਾਨੂੰ ਆਪ ਹੀ ਕਮਾਈ ਕਰਕੇ ਆਪ ਹੀ ਰੋਟੀ ਖਾਣੀ ਪੈਂਦੀ ਤੁਹਾਡੇ ਕਿਹੜਾ ਤਾਂ ਕੋਈ ਹੈ ਵਾ ਇਨਸਾਨ ਕਮਾਉਣ ਵਾਲਾ ਨਹੀਂ ਸਾਨੂੰ ਤਾਂ ਅੱਜ ਕੋਈ ਸਹੂਲਤ ਨਹੀਂ ਮਿਲੀ ਜ਼ਿੰਦਗੀ 'ਚ ਮੈਂ ਇੰਨੇ ਤੋਂ ਇੰਨੀ ਹੋ ਗਈ ਹੋਈ ਹੈ ਮੈਨੂੰ ਅੱਜ ਕੋਈ ਸਹੂਲਤ ਨਹੀਂ ਮਿਲੀ ਸਰਕਾਰ ਵੱਲੋਂ ਸਿਰਫ ਜਦੋਂ ਮਿਲੀਆਂ ਸਹੂਲਤਾਂ ਬਸ ਜਾਂ ਵਧਾਈਆਂ ਬੰਦ ਕਰ ਦਿਉ ਜਾਂ ਇੱਥੋਂ ਬੰਦ ਕਰ ਦਿਉ ਮੰਗਣਾ ਕਿੰਨਰ ਉੱਥੋਂ ਬੰਦ ਕਰ ਦਿਉ ਮੰਗਣਾ ਕਿੰਨਰ ਦਾ ਕਿੰਨਰ ਕਿੱਥੋਂ ਰੋਟੀ ਖਾਣ ਤੁਸੀਂ ਆਪ ਦੱਸੋ ਲੋਕਾਂ ਦੇ ਲੋਕਾਂ ਦੇ ਬੱਚਿਆਂ ਨੂੰ ਦਵਾਵਾਂ ਦੇ ਕੇ ਹਰ ਤਰ੍ਹਾਂ ਰੋਟੀ ਕਮਾ ਕੇ ਖਾਈਦੀ ਹੈ ਸੋ ਉਸ ਤੋਂ ਦਵਾਵਾਂ ਦੇ ਕੇ ਫਿਰ ਕਿਤੇ ਰੋਟੀ ਮਿਲਦੀ ਖਾਣ ਨੂੰ ਪਰ ਸਰਕਾਰ ਸਾਡੇ ਬਾਰੇ ਕੁਛ ਨਹੀਂ ਸੋਚਦੀ ਸਰਕਾਰ ਨੂੰ ਸਾਡੇ ਬਾਰੇ ਵੀ ਕੁਛ ਸੋਚਣਾ ਚਾਹੀਦਾ ਜੀ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਤੋਂ ਦੇਖਦੇ ਸਰਕਾਰ ਦਾ ਆਉਣ ਵਾਲਾ ਸਮਾਂ ਸਰਕਾਰ ਨੇ ਤਾਂ ਮੈਨੂੰ ਲੱਗਦਾ ਬਦਤਰ ਕਰ ਦੇਣਾ ਰੋਟੀ ਕਮਾਉਣੀ ਹੋਰ ਮੁਸ਼ਕਲ ਹੋ ਜਾਣੀ ਹੈ ਜੋ ਸਰਕਾਰ ਕਰ ਰਹੀ ਹੈ ਰੋਟੀ ਕਮਾਉਣੀ ਇਸ ਤੋਂ ਵੀ ਜ਼ਿਆਦਾ ਮੁਸ਼ਕਲ ਹੋ ਜਾ ਸਕਦੀ ਹੈ ਜੀ ਅੱਜ ਕੱਲ੍ਹ ਦੇ ਸਮੇਂ ਵਿੱਚ ਗਰੀਬ ਇਨਸਾਨ ਰੋਟੀ ਨਹੀਂ ਖਾ ਸਕਦਾ ਜੀ ਸਰਕਾਰ ਨੂੰ ਜਿਸ ਤਰ੍ਹਾਂ ਕਿਹਾ ਜਾ ਰਿਹਾ ਚਾਹੇ ਤੁਹਾਡੇ ਵਾਸਤੇ ਧਿਆਨ ਨਹੀਂ ਕੀਤਾ ਗਿਆ ਹੁਣ ਯਕੀਨਨ ਕੱਲ੍ਹ ਧਿਆਨ ਹੋਏਗਾ ਪਰ ਜਿਹੜਾ ਹੁਣ ਲੇਡੀਜ਼ ਵਾਸਤੇ ਕਿਰਾਇਆ ਫ੍ਰੀ ਕੀਤਾ ਕਿਸ ਤਰ੍ਹਾਂ ਚਾਹੀਦਾ ਲੱਗਦਾ ਨਹੀਂ ਕਿ ਕੰਮ ਦੇ ਦੇਣਾ ਚਾਹੀਦਾ ਕਿਰਾਇਆ ਫ੍ਰੀ ਕਰ ਦੇਣਾ ਕਿਰਾਇਆ ਫ੍ਰੀ ਤਾਂ ਵੈਸੇ ਕਰਨ ਦੀ ਕੋਈ ਲੋੜ ਨਹੀਂ ਜਿੱਥੇ ਇੰਨਾ ਕਿਰਾਇਆ ਲੱਗਦਾ ਉਹਦੇ ਵਿੱਚ ਉਹ ਥੋੜ੍ਹਾ ਘਟਾ ਕੇ ਲਗਾ ਦੇਣਾ ਚਾਹੀਦਾ ਅਸੀਂ ਸਾਰਾ ਕੁਛ ਕਰਦੇ ਪਰ ਇਹ ਸਿਰਫ ਇੱਕ ਵੋਟਾਂ ਵਾਸਤੇ ਕਰ ਰਹੀ ਸਰਕਾਰ ਕਿ ਸਾਨੂੰ ਇਸ ਤਰ੍ਹਾਂ ਅੱਗੇ ਸਰ ਫਿਰ ਵੋਟਾਂ ਪੈ ਜਾਣ ਸਾਡੀ ਸਰਕਾਰ ਆਵੇ ਪਰ ਦੁਨੀਆ ਵੀ ਅੱਜ ਕੱਲ੍ਹ ਬਹੁਤ ਚੈਂਟ ਹੋ ਚੁੱਕੀ ਹੋਈ ਹੈ ਦੁਨੀਆ ਵੀ ਸਮਝਦਾਰ ਦੁਨੀਆ ਨੇ ਜਿਹਨੂੰ ਵੋਟ ਪਾਉਣੀ ਉਹਨੂੰ ਹੀ ਵੋਟ ਪਾਉਣੀ ਹੈ ਅਗਲੀ ਸਰਕਾਰ ਸ਼ਾਇਦ ਬਾਦਲ ਸਰਕਾਰ ਦੀ ਆਏਗੀ ਠੀਕ ਹੈ ਜੀ ਸਾਡੇ ਵੱਲੋਂ ਮਰਿਆ ਜੇ ਐਵੇਂ ਤਿੰਨ ਪੁੱਤਲੇ ਸਾੜ ਕੇ ਉਹਨੂੰ ਛਿੱਤਰ ਮਾਰੇ ਜਾਂਦੇ ਕਿਸ ਕਾਰਨ ਜਨਾਨੀਆਂ ਨੂੰ ਫ੍ਰੀ ਬੱਸਾਂ ਆਪਣੀਆਂ ਜਨਾਨੀਆਂ ਲਿਆਵੇ ਉਹਨਾਂ ਨੂੰ ਬੱਸਾਂ ਵਾਲੇ ਬਿਠਾ ਕੇ ਫ੍ਰੀ ਕੱਢਣਗੇ ਮੁੰਡਿਆਂ ਨੂੰ ਕਿਉਂ ਨਹੀਂ ਬਣਾਇਆ ਮੁੰਡਿਆਂ ਵਾਸਤੇ ਕਿਉਂ ਨਹੀਂ ਬਣਾਇਆ ਸਟੂਡੈਂਟ ਜਾਂਦੇ ਐਡੀ ਦੂਰ ਉਹਨਾਂ ਨੂੰ ਕਿਉਂ ਨਹੀਂ ਫ੍ਰੀ ਬਣਾਇਆ ਕੈਪਟਨ ਨੇ ਉਹਨਾਂ ਵਾਸਤੇ ਕਿਉਂ ਨਹੀਂ ਫ੍ਰੀ ਬਣਾਇਆ ਬੰਦਿਆਂ ਲਈ ਕਿਉਂ ਨਹੀਂ ਫ੍ਰੀ ਬਣਾਇਆ ਬਜ਼ੁਰਗਾਂ ਲਈ ਕਿਉਂ ਨਹੀਂ ਫ੍ਰੀ ਬਣਾਇਆ ਸਰਕਾਰ ਕਹਿੰਦੀ ਬੜੀਆਂ ਸੁਵਿਧਾਵਾਂ ਦੇਤੀਆਂ ਲੋਕਾਂ ਨੂੰ ਬਹੁਤ ਜ਼ਿਆਦਾ ਤੁਸੀਂ ਵੇਖਣ ਦੇ ਜੇ ਇਹਨਾਂ ਨੇ ਮਹਿੰਗਾ ਰਾਸ਼ਨ ਕਰਤਾ ਕਿਉਂ ਕੀਤਾ ਕਾਹਦੇ ਗਲੀ ਕੀਤਾ ਲਿਆਵੇ ਕੈਪਟਨ ਫਿਰ 10 ਰੁਪਏ ਕਿਲੋ ਆਟਾ
ਨਸ਼ਾ ਬਹੁਤ ਵੱਧਦਾ ਜਾ ਰਿਹਾ ਪੰਜਾਬ 'ਚ। ਇਹ ਉਹੀ ਵਧਾਉਂਦਾ ਹੋਏਗਾ, ਇਹਦੇ ਬਾਰੇ ਸਾਨੂੰ ਕੋਈ ਇੰਟਰਸਟ ਨਹੀਂ ਹੈਗਾ, ਇਹਦੇ ਬਾਰੇ ਸਾਨੂੰ ਕੋਈ ਇੰਟਰਸਟ ਨਹੀਂ ਹੈਗਾ। ਬਾਕੀ ਜੋ ਬਾਦਲ ਨੇ ਕਰਤਾ ਬਾਦਲ ਨੇ ਹੀ ਕਰ ਦਿੱਤਾ। ਤੁਹਾਡੇ ਵਾਸਤੇ ਕੁਝ ਸੋਚਿਆ ਗਿਆ? ਪੁਲਿਸ ਵਾਲੇ ਦੀ ਜਾਨਾਂ ਸਖਾਈ ਹੁੰਦੀ ਹੈ ਕੈਪਟਨ ਨੇ, ਆਉਣਾ ਕਿਤੇ ਹੁੰਦਾ ਵਿਚਾਰੇ ਡਿਊਟੀਆਂ ਪਹਿਲਾਂ ਲਾ ਦੇ ਧੁੱਪਾਂ 'ਤੇ ਹੈ। ਤੁਹਾਡੇ ਵਾਸਤੇ ਕੁਝ ਸੋਚਿਆ ਗਿਆ, ਲੇਡੀਜ਼ ਵਾਸਤੇ ਸੋਚਿਆ ਗਿਆ? ਲੇਡੀਜ਼ ਵਾਸਤੇ ਕੁਛ ਨਹੀਂ ਸੋਚਿਆ ਗਿਆ, ਦੇਖੋ ਇੱਕ ਨਿਗਾਹ ਨਾਲ ਵੇਖੋ ਸਭ ਨੂੰ, ਉਹ ਵੀ ਡਿਊਟੀ ਕਰਦੇ ਆ ਵਿਚਾਰੇ, ਧੁੱਪ ਧੁੱਪੇ ਤੋਂ ਲੈ ਕੇ ਸ਼ਾਮ ਤੱਕ ਖੜੇ ਰਹਿੰਦੇ ਡਿਊਟੀਆਂ ਜਿੱਥੇ ਲਾਉਂਦੇ, ਉਹ ਵੀ ਤਾਂ ਇਨਸਾਨ ਆ, ਉਹਨਾਂ ਨੇ ਇਲੈਕਸ਼ਨ ਲੈਣੇ ਆ, ਉਹ ਪੋਲ ਟੈਕਸ ਹੀ ਖੇਲਦੇ ਪਏ। ਸਾਨੂੰ ਬਾਦਲ ਸਾਹਿਬ ਹੀ ਸਹੀ ਆ, ਸਾਡੇ 'ਤੇ ਕਿਸੇ ਨੇ ਤਲਵਾਰ ਨਹੀਂ ਰੱਖੀ, ਇਨਸਾਨੀ ਗੱਲ ਕਰਾਂਗੇ। ਪਰ ਕਿੰਨਿਆਂ ਵਾਸਤੇ ਕੁਛ ਨਹੀਂ ਸੋਚਿਆ ਜਾ ਰਿਹਾ ਇਹਦੇ ਬਾਰੇ? ਕਿਸੇ ਬਾਰੇ ਸੋਚਿਆ ਨਹੀਂ ਜਾ ਰਿਹਾ। ਰਾਸ਼ਨ ਕਿਉਂ ਮਹਿੰਗਾ ਕੀਤਾ ਰਹੇ, ਕਾਹਦੇ ਗੱਲੀ ਕੀਤਾ ਰਹੇ, ਕਿਸ ਕਾਰਨ ਕੀਤਾ ਰਹੇ? ਫਿਰ ਲੋਕਡਾਊਨ ਲਾਉਂਦੇ, ਕਾਹਦੇ ਗੱਲੀ ਲਾਉਂਦੇ ਜੇ ਲੋਕਡਾਊਨ, ਲੋਕਡਾਊਨ ਕਿਸ ਕਾਰਨ ਲਾਉਂਦੇ ਜੇ ਪਤਾ ਤਾਂ ਲੱਗੇ। ਤੁਸੀਂ ਨਹੀਂ ਖੁਸ਼ ਸਰਕਾਰ ਤੋਂ? ਨਹੀਂ, ਮੈਂ ਸਰਕਾਰ ਤੋਂ ਖੁਸ਼ ਹੈਗੀ। ਲੋਕਡਾਊਨ ਬੰਦ ਕਰ, ਕਿਸਾਨ ਬਿਠਾਏ, ਕਾਹਦੇ ਵਾਸਤੇ ਬਿਠਾਏ, ਉਹਨਾਂ ਦੇ ਬਾਲ ਬੱਚੇ ਨਹੀਂ? ਫਿਰ ਆਖਰੀ ਸਵਾਲ, ਬੱਸ ਦੇ ਵਿੱਚ ਕਿਰਾਇਆ ਫ੍ਰੀ ਕਰਨ ਨਾਲ ਚੰਗਾ ਲੱਗਦਾ ਨਹੀਂ ਕਿ ਕਾਰੋਬਾਰ ਦੇ ਦੇਣਾ ਚਾਹੀਦਾ ਲੋਕਾਂ ਨੂੰ? ਕਾਰੋਬਾਰ ਦੇਣਾ ਚਾਹੀਦਾ, ਰੋਜ਼ੀ ਰੋਟੀ ਜਨਾਨੀਆਂ ਨੂੰ ਦੇਣ, ਸੈਂਟਰ ਖੋਲਣ, ਤਨਖਾਹਾਂ ਲਾਉਣ, ਫਿਰ ਪਤਾ ਲੱਗੇ ਹਾਂ ਬਾਦਲ ਨੇ ਕੁਛ ਕੀਤਾ ਗਾ। ਕੈਪਟਨ ਨੇ? ਹਾਂਜੀ, ਕੈਪਟਨ ਨੇ, ਬਾਦਲ ਨੇ ਤਾਂ ਬੜਾ ਕੁਛ ਕਰ ਦਿੱਤਾ ਗਾ, ਉਹਨਾਂ ਨੇ ਸੈਂਟਰ ਤੱਕ ਖੋਲ੍ਹ ਦਿੱਤੇ, ਕੁੜੀਆਂ ਨੇ ਕੀ ਨਹੀਂ ਕੁਛ ਖੋਲ੍ਹਿਆ, ਸਭ ਕੁਛ ਖੋਲ੍ਹਿਆ ਰਹੋ ਜਨਾਨੀਆਂ ਨੇ। ਧੰਨਵਾਦ ਜੀ। ਹਾਂਜੀ ਭਾਈ, ਆਪਣਾ ਨਾਮ ਦਾ? ਜਿਸ ਤਰੀਕੇ ਦੇ ਨਾਲ ਸਾਰੇ ਮੁਲਕ ਦੇ ਵਿੱਚ ਕਹਿਣੀ ਅਤੇ ਕਥਨੀ ਦੀ ਗੱਲ ਚੱਲ ਰਹੀ ਹੈ, ਅੱਜ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹ ਸਾਰੀਆਂ ਮਹਿਲਾਵਾਂ ਨੂੰ ਜੋ ਇੱਕ ਤੋਹਫ਼ਾ ਦਿੱਤਾ ਹੈ, ਜਿਸ ਤਰੀਕੇ ਦੇ ਨਾਲ ਭਾਵੇਂ ਉਹ ਪੰਜਾਬ ਦੇ ਕਿਤੋਂ ਦੇ ਵਸਨੀਕ ਹੋਣ, ਉਹ ਕਿਸੇ ਵੀ ਬੱਸ ਦੇ ਵਿੱਚ ਭਾਵੇਂ ਉਹ ਇਲਾਜ ਕਰਾਉਣ ਜਾ ਰਹੇ ਨੇ, ਭਾਵੇਂ ਸਾਡੇ ਵਿਦਿਆਰਥੀ ਸਾਥੀ ਨੇ ਕਿਸੇ ਯੂਨੀਵਰਸਿਟੀ ਕਾਲਜਿਸ ਦੇ ਵਿੱਚ ਜਾਣਾ, ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਸੀ, ਵਿਦਿਆਰਥੀਆਂ ਨੂੰ ਪਾਸ ਬਣਾਉਣੇ ਪੈਂਦੇ ਸੀ, ਥਾਂ ਥਾਂ 'ਤੇ ਜਾਣਾ ਪੈਂਦਾ ਸੀ, ਕਿਸੇ ਦਾ ਬਣ ਜਾਂਦਾ ਸੀ, ਕੋਈ ਵਿਚਾਰਾ ਨਹੀਂ ਜਾ ਪਾਉਂਦਾ ਸੀ। ਅੱਜ ਜੋ ਵਾਅਦਾ ਮੈਨੀਫੈਸਟੋ ਦੇ ਵਿੱਚ ਕੀਤਾ ਸੀਗਾ ਵੀ ਮਹਿਲਾਵਾਂ ਲਈ ਫ੍ਰੀ ਸਫ਼ਰ ਪੰਜਾਬ ਦੇ ਵਿੱਚ ਕਰਨਾ, ਉਹ ਵਾਅਦਾ ਵੀ ਪੂਰਾ ਕਰਕੇ ਸੀਐਮ ਸਾਹਿਬ ਨੇ ਸਾਡੇ ਪੰਜਾਬ ਵਾਸੀਆਂ ਦੇ ਝੋਲੀ ਦੇ ਵਿੱਚ ਪਾਇਆ। ਅਸੀਂ ਸਾਰੇ ਧੰਨਵਾਦ ਕਰਨਾ ਚਾਹਾਂਗੇ ਕੈਪਟਨ ਅਮਰਿੰਦਰ ਸਿੰਘ ਜੀ ਦਾ, ਅਤੇ ਨਾਲ ਹੀ ਨਾਲ ਪੂਰੇ ਅੰਮ੍ਰਿਤਸਰ ਦੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਸ ਜੋ ਆਪਣੀ ਜੋ ਵਾਅਦਾ ਸੀਐਮ ਸਾਹਿਬ ਨੇ ਕੀਤਾ ਸੀਗਾ ਉਹਦਾ ਲਾਭ ਮਾਣਨਗੇ, ਅਤੇ ਨਾਲ ਹੀ ਪੂਰੇ ਪੰਜਾਬ ਦੇ ਵਿੱਚ ਸਿਰਫ ਕੋਈ ਵੀ ਆਈਡੈਂਟੀ ਕਾਰਡ ਦਿਖਾ ਕੇ ਫ੍ਰੀ ਸਫ਼ਰ ਕਰ ਪਾਉਣਗੇ। ਇਕੱਲਾ ਪੰਜਾਬ ਵਿੱਚ ਕਿ ਬਾਹਰ ਵੀ ਜਾ ਸਕਦੇ? ਨਹੀਂ ਨਹੀਂ, ਇਹ ਪੂਰੇ ਪੰਜਾਬ ਦੇ ਵਿੱਚ ਹੀ ਰਹੇਗਾ, ਲੇਕਿਨ ਅਸੀਂ ਸੀਐਮ ਸਾਹਿਬ ਨੂੰ ਰਿਕੁਐਸਟ ਕੀਤੀ ਹੈ, ਅੱਜ ਵੀ ਅਸੀਂ ਜੋ ਵੀਡੀਓ ਕਾਨਫਰੰਸ ਵਿੱਚ ਰਿਕੁਐਸਟ ਕੀਤੀ ਹੈ ਪਾਰਟੀ ਵੱਲੋਂ ਕਿ ਜ਼ਰੂਰ ਉਹਨਾਂ ਵਿਦਿਆਰਥੀਆਂ ਬਾਰੇ ਵੀ ਸੋਚਿਆ ਜਾਵੇ ਜੋ ਦਿੱਲੀ ਚੰਡੀਗੜ੍ਹ ਪੜ੍ਹਨ ਜਾਂਦੇ ਨੇ ਜਾਂ ਇਲਾਜ ਕਰਾਉਣ ਲਈ ਬਾਹਰਲੇ ਜਾਂਦੇ ਸੀਗੇ, ਨਾਲੇ ਮੈਸੇਜ ਜ਼ਰੂਰ ਜਾਊਗਾ ਵੀ ਜੇ ਪੰਜਾਬ ਫ੍ਰੀ ਕਰ ਸਕਦਾ, ਪੰਜਾਬ ਬੱਸ ਸਰਵਿਸ ਵਿੱਚ ਮਹਿਲਾਵਾਂ ਨੂੰ ਫ੍ਰੀ ਕਰ ਸਕਦਾ, ਪੰਜਾਬ 5 ਲੱਖ ਦੀ ਸਿਹਤ ਬੀਮਾ ਦੇ ਸਕਦਾ, ਪੰਜਾਬ ਬਿਜਲੀ ਦੇ ਵਿੱਚ ਲੋਕਾਂ ਨੂੰ ਇੰਨੀਆਂ ਵੱਧਦੀਆਂ ਕੀਮਤਾਂ ਪੈਟਰੋਲ ਡੀਜ਼ਲ ਦੇ ਵਿੱਚ ਵੀ ਇੰਨੀਆਂ ਸਹੂਲਤਾਂ ਦੇ ਸਕਦਾ, ਅਤੇ ਬਾਕੀ ਸਟੇਟਾਂ ਕਿਉਂ ਨਹੀਂ ਦੇ ਸਕਦੀਆਂ, ਇਹਨਾਂ ਨੂੰ ਬਾਹਰਲੇ ਦੇ ਵੀ ਇੰਪਲੀਮੈਂਟ ਕੀਤਾ ਜਾਵੇ, ਅਸੀਂ ਸੀਐਮ ਸਾਹਿਬ ਤੱਕ ਇਹ ਗੱਲ ਜ਼ਰੂਰ ਪਹੁੰਚਾਈ। ਜਿਹੜੇ ਬਾਹਰੋਂ ਮਹਿਲਾਵਾਂ ਆਉਂਦੀਆਂ ਪੰਜਾਬ ਦੀਆਂ, ਉਹਨਾਂ ਨੂੰ ਵੀ ਇਹ ਫ੍ਰੀ ਹੋਏਗਾ? ਬਿਲਕੁਲ, ਪੰਜਾਬ ਦੇ ਵਸਨੀਕ ਕਾਰਡ ਦਿਖਾ ਕੇ ਤੁਸੀਂ ਕੋਈ ਵੀ ਇਹਦਾ ਲਾਭ ਲੈ ਸਕਦੇ। ਧੰਨਵਾਦ। ਗੁਰਮੇਲ ਸਿੰਘ ਆ ਜੀ, ਇੰਸਪੈਕਟਰ ਪੰਜਾਬ ਰੋਡਵੇਜ। ਅੱਜ ਜਿਹੜਾ ਪੰਜਾਬ ਸਰਕਾਰ ਵੱਲੋਂ ਫ੍ਰੀ ਬੱਸਾਂ ਤੋਹਫ਼ਾ ਦਿੱਤਾ ਗਿਆ, ਮਹਿਲਾਵਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ? ਬਹੁਤ ਸ਼ਲਾਘਾਯੋਗ ਕਦਮ ਹੈ। ਚਲੋ ਅਸੀਂ ਕਹਿੰਦੇ ਹਾਂ ਵੀ ਚਲੋ ਪੰਜਾਬ ਸਰਕਾਰ ਨੇ ਕੋਈ ਤਾਂ ਵਾਅਦਾ ਪੂਰਾ ਕੀਤਾ, ਇਹ ਬਹੁਤ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਅੱਜ ਮਹਿਲਾਵਾਂ ਦੇ ਵਿੱਚ। ਇਹਦੇ ਨਾਲ ਹੀ ਚਲੋ ਜੇ ਮਹਿਲਾਵਾਂ ਸਫ਼ਰ ਕਰਨਗੀਆਂ ਅਤੇ ਬੱਚੇ ਜਾਂ ਉਹਨਾਂ ਦੇ ਹਸਬੈਂਡ ਵੀ ਆਉਣਗੇ ਅਤੇ ਉਹਨਾਂ ਦੀ ਟਿਕਟ ਪੰਜਾਬ ਰੋਡਵੇਜ਼ ਵਾਲੇ ਕੱਟਣਗੇ, ਅਤੇ ਇਹਦੇ ਨਾਲ ਪੰਜਾਬ ਰੋਡਵੇਜ਼ ਦੀ ਇਨਕਮ 'ਚ ਮੇਰਾ ਆਪਣਾ ਪਰਸਨਲੀ ਮੰਨਣਾ ਵੀ ਫਾਇਦਾ ਹੋਏਗਾ। ਇਕੱਲਾ ਪੰਜਾਬ ਦੇ ਵਿੱਚ ਇਹ ਕਿ ਬਾਹਰ ਵੀ ਜਾ ਸਕਦੀ ਮਿਲਾਵਾਂ? ਨਹੀਂ ਜੀ, ਇਹ ਸਿਰਫ ਪੰਜਾਬ ਰਾਜ ਦੀ ਹੱਦ ਦੇ ਅੰਦਰ ਹੈ। ਸਪੋਜ਼ ਕਰੋ ਗੱਡੀ ਚੰਡੀਗੜ੍ਹ ਜਾ ਰਹੀ ਹੈ ਤਾਂ ਮੋਹਾਲੀ ਤੱਕ ਟਿਕਟ ਫ੍ਰੀ ਆ, ਅਤੇ ਅੱਗੋਂ ਜੋ ਵੀ ਬਣਦਾ ਚਾਰਜਿਸ ਦੇਣਗੇ। ਸਪੋਜ਼ ਕਰੋ ਗੱਡੀ ਦਿੱਲੀ ਜਾ ਰਹੀ ਹੈ ਅਤੇ ਸ਼ੰਭੂ ਬੈਰੀਅਰ ਤੱਕ ਬਿਲਕੁਲ ਫ੍ਰੀ ਹੈ, ਉਸ ਤੋਂ ਅੱਗੇ ਜਿਹੜੇ ਆ ਉਹ ਚਾਰਜਿਸ ਉਹਨਾਂ ਤੋਂ ਵਸੂਲੇ ਜਾਣਗੇ। ਇਹ ਪੰਜਾਬ ਰਾਜ ਦੀ ਵਸਨੀਕ ਔਰਤਾਂ ਲਈ ਹੈ। ਇਹਨਾਂ ਨੂੰ ਪੰਜਾਬ ਦਾ ਕੋਈ ਵੀ ਰੈਜੀਡੈਂਸ ਪਰੂਫ ਦਿਖਾ ਕੇ, ਆਧਾਰ ਕਾਰਡ, ਪੈਨ ਕਾਰਡ, ਲਾਇਸੈਂਸ, ਕੋਈ ਵੀ ਇਸ ਤਰ੍ਹਾਂ ਦਾ ਸਬੂਤ ਪੇਸ਼ ਕਰਕੇ, ਅਤੇ ਬਿਲਕੁਲ ਫ੍ਰੀ ਸਫ਼ਰ ਦੀ ਸਹੂਲਤ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਆ, ਅਤੇ ਜਿਨ੍ਹਾਂ ਨੂੰ ਕਿ ਸਾਡੇ ਰੋਡਵੇਜ਼ ਵਾਲੇ ਕਰਮਚਾਰੀ ਪੂਰੇ ਤਨਦੇਹੀ ਦੇ ਨਾਲ ਲਾਗੂ ਕਰ ਰਹੇ ਆ। ਤੁਹਾਨੂੰ ਲੱਗਦਾ ਨਹੀਂ ਹੈ ਕਿ ਚੋਣਾਂ ਨੂੰ ਲੈ ਕੇ ਇਹਨਾਂ ਮੁੱਦਾ ਜਿਹੜਾ ਕੀਤਾ ਗਿਆ, ਜਿਹੜਾ ਕਿਸਾਨ ਹੋਣੀ ਚੋਣਾਂ ਲੈ ਕੇ? ਚਲੋ ਜੀ, ਇਹ ਤਾਂ ਸਰਕਾਰਾਂ ਦੇ ਕੰਮ ਚੱਲਦੇ ਰਹਿੰਦੇ ਆ ਜੋ ਵੀ ਆ, ਪਰ ਇਹਦੇ ਨਾਲ ਮੇਰਾ ਮੰਨਣਾ ਵੀ ਚਲੋ ਸਾਡੇ ਸਾਰਿਆਂ ਦੀਆਂ ਮਾਵਾਂ ਭੈਣਾਂ, ਸਾਡੇ ਆਂਢੀ ਗੁਆਂਢੀ, ਸਾਡੇ ਬੱਚੇ, ਸਾਡੀਆਂ ਧੀਆਂ ਸਾਰੇ ਫ੍ਰੀ ਸਫ਼ਰ ਕਰ ਸਕਦੇ ਆ। ਕਿਸੇ ਦੇ ਕੋਲ ਪੈਸੇ ਨਹੀਂ ਹੁੰਦੇ, ਸਪੋਜ਼ ਕਰੋ ਉਹਨੇ ਆਪਣੇ ਮਾਂ ਬਾਪ ਕੋਲ ਆਪਣੇ ਭੈਣਾਂ ਭਰਾਵਾਂ ਨੂੰ ਮਿਲਣ, ਕਿਤੇ ਅੰਮ੍ਰਿਤਸਰ ਤੋਂ ਕਿਤੇ ਲੁਧਿਆਣੇ ਜਾਣਾ ਹੋਵੇ, ਆਉਣ ਜਾਣ ਦੇ ਵਿੱਚ 500 ਰੁਪਈਆ ਖਰਚ ਹੋ ਜਾਂਦਾ, ਅਤੇ ਗਰੀਬ ਮਹਿਲਾਵਾਂ ਦੇ ਲਈ ਤਾਂ ਬਹੁਤ ਮਤਲਬ ਇੱਕ ਵੱਡਾ ਸਰਕਾਰ ਦਾ
ਫੈਸਲਾ ਜੋ ਉਹਨਾਂ ਦੇ ਹੱਕ 'ਚ ਕੀਤਾ ਗਿਆ ਮੈਨੂੰ ਲੱਗਦਾ ਨਹੀਂ ਹੈ 7 ਸਾਲ ਰਹਿ ਗਏ ਸਰਕਾਰ ਦੇ ਅਤੇ ਹੁਣ ਆ ਕੇ ਸੱਤਾ ਹੰਝਰੂ ਪੂੰਝਰ ਵਾਲਾ ਕੰਮ ਕੀਤਾ 7 ਸਾਲ ਨਹੀਂ ਜੀ ਪਹਿਲਾਂ ਤਾਂ ਤੁਹਾਡੀ ਗੱਲ ਟੋਕਣਾ ਚਾਹਾਂਗਾ 7 ਮਹੀਨੇ ਰਹਿ ਗਏ ਆ ਚਲੋ ਜੀ ਇਹ ਸਰਕਾਰਾਂ ਦੇ ਆਪਾਂ ਕੀ ਕਹਿ ਸਕਦੇ ਹਾਂ ਇਹ ਤਾਂ ਪੋਲੀਟੀਸ਼ੀਅਨ ਹੈ ਆਪਾਂ ਤਾਂ ਇੱਕ ਵਰਕਰ ਹੈ ਰੋਡਵੇਜ਼ ਦੇ ਸਾਡਾ ਤਾਂ ਇਹ ਮੰਨਣਾ ਵੀ ਇਹਦੇ ਨਾਲ ਚਲੋ ਰੋਡਵੇਜ਼ ਦੀ ਸਵਾਰੀ ਵਧੇਗੀ ਉਹ ਲੋਕ ਜਾ ਕੇ ਘਰ ਘਰ ਦੱਸਣਗੇ ਵੀ ਰੋਡਵੇਜ਼ ਦੇ ਵਿੱਚ ਸਫ਼ਰ ਕਰਦਿਆਂ ਕੋਈ ਤੰਗੀ ਨਹੀਂ ਆਉਂਦੀ ਪੜ੍ਹਿਆ ਲਿਖਿਆ ਸਟਾਫ ਆ ਸਾਡਾ ਅੱਜ ਕੱਲ੍ਹ ਗ੍ਰੈਜੂਏਟ ਮੁੰਡੇ ਵੀ ਸਾਡੇ ਕੋਲ ਕਨੈਕਟਡ ਡਰਾਈਵਰ ਨੇ ਬਹੁਤ ਵਧੀਆ ਬੋਲ ਬਾਣੀ ਹੈ ਉਹਨਾਂ ਦੀ ਅਤੇ ਕੋਈ ਦਿੱਕਤ ਨਹੀਂ ਮੇਰੇ ਹਿਸਾਬ ਨਾਲ ਤਾਂ ਰੋਡਵੇਜ਼ ਨੂੰ ਉਤਸ਼ਾਹ ਮਿਲੇਗਾ ਪੰਜਾਬ ਸਰਕਾਰ ਦੀਆਂ ਬੱਸਾਂ ਕਿ ਪ੍ਰਾਈਵੇਟ ਬੱਸਾਂ ਵੀ ਸਿਰਫ ਪੰਜਾਬ ਰੋਡਵੇਜ਼ PRTC ਅਤੇ ਪਨ ਬੱਸ ਦੀਆਂ ਬੱਸਾਂ ਦੇ ਵਿੱਚ ਫ੍ਰੀ ਸਫ਼ਰ ਦੀ ਸਹੂਲਤ ਹੈ ਜੀ ਥੈਂਕ ਯੂ